ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੂਰੇ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਆ, ਕਿਉਂਕਿ ਪਿਛਲੇ ਸਮੇਂ ਤੋਂ ਜਿਹੜੇ ਮੁਲਾਜ਼ਮ ਨੇ ਆਊਟਸੋਰਸ ਕੰਟਰੈਕਟ ਦੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਆ। ਪਿਛਲੀ 19-20 ਤਰੀਕ ਨੂੰ ਪੰਜਾਬ ਦੇ 3 ਸ਼ਹਿਰਾਂ ਦੇ ਵਿੱਚ ਬੜਾ ਵੱਡੇ ਧਰਨੇ ਕੀਤੇ ਗਏ ਸੀ ਦਿਨ ਰਾਤ ਦੇ, ਜਿਵੇਂ ਕਿ ਪਟਿਆਲੇ, ਬਠਿੰਡੇ 'ਚ ਅਤੇ ਕਾਦੀਆਂ 'ਚ, ਜਿੱਥੋਂ ਇੱਕ ਕੈਪਟਨ ਸਰਕਾਰ ਵੱਲੋਂ ਮੀਟਿੰਗ ਮਿਲੀ ਸੀਗੀ ਇਹ 22 ਤਰੀਕ ਦੀ, ਜਿਹੜੀ ਮੀਟਿੰਗ ਕਰਨ ਤੋਂ ਸਰਕਾਰ ਭੱਜੀ ਆ। ਇਸ ਤੋਂ ਵਾਰ ਵਾਰ ਮੀਟਿੰਗਾਂ ਦੇ ਕੇ ਸਰਕਾਰ ਭੱਜਦੀ ਆ। ਇਸ ਤੋਂ ਇਹ ਲੱਗਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਵਾਜਬ ਨੇ, ਪਰ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਵਾਸਤੇ ਕੁਝ ਨਹੀਂ ਗਾ, ਕਿਉਂਕਿ ਇਹ ਮੁਲਾਜ਼ਮ ਜਿਹੜੇ ਉਹ ਨੇ ਜਿਹੜੇ ਸਰਕਾਰੀ ਵਿਭਾਗਾਂ ਦੇ ਵਿੱਚ 15-15-20-20 ਸਾਲਾਂ ਤੋਂ ਆਪਣੀਆਂ ਨੌਕਰੀਆਂ ਕਰਦੇ ਆ ਰਹੇ ਨੇ, ਜਿਨ੍ਹਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ, ਜਿਹਦੇ ਰੋਸ ਦੇ ਵਜੋਂ ਅਸੀਂ ਜਿਹੜਾ ਅਗਲਾ ਐਕਸ਼ਨ ਆ ਠੇਕਾ ਸੰਘਰਸ਼ ਮੋਰਚੇ ਪੰਜਾਬ ਵੱਲੋਂ 15 ਜੁਲਾਈ 2021 ਨੂੰ ਜਿਹੜਾ ਪਟਿਆਲੇ ਕੈਪਟਨ ਦੇ ਮਹਿਲਾ ਵੱਲ ਨੂੰ ਲਿਖਿਆ ਹੋਇਆ, ਉਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਪਣਬੱਸ ਅਤੇ PRTC ਦੇ ਸਮੁੱਚੇ ਕਾਮੇ 28-29-30 3 ਦਿਨ ਦੀ ਹੜਤਾਲ ਕਰਕੇ ਅਤੇ ਪਟਿਆਲੇ ਵੱਡੀ ਰੋਸ ਰੈਲੀ ਕਰਨ ਜਾ ਰਿਹਾ ਅਤੇ ਆਪਣੇ ਐਕਸ਼ਨ ਨੂੰ ਹੋਰ ਤਿੱਖਾ ਕਰਨ ਜਾ ਰਿਹਾ। ਸੋ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਕੱਚੇ ਮੁਲਾਜ਼ਮਾਂ ਨੂੰ ਸਮੂਹ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ, ਅਤੇ ਜਿਹੜੀ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ, ਅਤੇ ਠੇਕੇਦਾਰੀ ਸਿਸਟਮ ਵਿਭਾਗਾਂ 'ਚੋਂ ਬੰਦ ਕੀਤਾ ਜਾਵੇ, ਅਤੇ ਸਰਕਾਰ ਦੇ ਵਿਭਾਗ ਦੇ ਵਿੱਚ ਜਿਵੇਂ ਪੰਜਾਬ ਰੋਡਵੇਜ਼ ਪਣਬੱਸ ਆ, PRTC 'ਚ ਬੱਸਾਂ ਪਾਈਆਂ ਜਾਣ, ਹੋਰ ਜਿਹੜੇ ਅਦਾਰੇ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਹ ਸਾਡੀਆਂ ਮੰਗਾਂ ਨੇ, ਜੇਕਰ ਇਹ ਸਰਕਾਰ ਨੇ ਨਾ ਮੰਗੀਆਂ ਤਾਂ ਆਉਣ ਵਾਲੇ ਸਮੇਂ 'ਚ ਪੱਕੇ ਧਰਨੇ ਅਤੇ ਤਿੱਖੇ ਸੰਘਰਸ਼ ਲਿਖੇ ਜਾਣਗੇ ਅਤੇ ਕੀਤੇ ਜਾਣਗੇ। ਜਿਹੜੇ 3 ਦਿਨ ਦੀ ਹੜਤਾਲ ਕਹਿ ਰਹੇ ਹੋ, 3 ਦਿਨ ਹੜਤਾਲ ਦੇ ਵਿੱਚ ਬੱਸਾਂ ਚੱਲਣਗੀਆਂ PRTC ਦੇ ਵਿੱਚ? ਪੰਜਾਬ ਰੋਡਵੇਜ਼ PRTC ਦੀਆਂ ਬੱਸਾਂ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ, ਅਤੇ ਸਾਰੇ ਜਿਹੜੇ ਸਮੁੱਚੇ ਕਾਮੇ ਆ ਉਹ ਆਪਣੇ ਸੰਘਰਸ਼ 'ਤੇ ਜਾਣਗੇ, ਅਤੇ ਜਿਹੜੀ 28 ਤਰੀਕ ਨੂੰ ਆਪਣੇ ਸ਼ਹਿਰਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਗੇ, ਅਤੇ 29 ਤਰੀਕ ਨੂੰ ਕੈਪਟਨ ਦੇ ਸ਼ਹਿਰ ਪਟਿਆਲੇ ਵੱਲ ਨੂੰ ਕੂਚ ਕਰਨਗੇ, ਉੱਥੇ ਆਪਣਾ ਤਿੱਖਾ ਸੰਘਰਸ਼ ਕਰਨਗੇ।